ਬਾਈ ਜੀ ਚੇਤਾਵਨੀ ਮਿਲ ਗਈ ਆ, ਪੰਜਾਬ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਪੈ ਨਹੀਂ, ਚੇਤਾਵਨੀ ਮਿਲ ਗਈ ਪੰਜਾਬ ਵਿੱਚ ਭਾਰੀ ਮੀਂਹ ਦੀ, ਵੀ ਭਾਰੀ ਮੀਂਹ ਪੈ ਸਕਦਾ। ਅਤੇ ਹੁਣ ਪੂਰੇ 10 ਤੋਂ 15 ਮਿੰਟ ਹੋ ਚੁੱਕੇ ਆ, ਲਗਾਤਾਰ ਹੀ ਮੀਂਹ ਪੈ ਰਿਹਾ, ਹੁਣ ਥੋੜ੍ਹਾ ਮੰਦਮ ਹੋਇਆ। ਆ ਤੁਹਾਨੂੰ ਦਿਖਾਉਂਦਾ ਸਟ ਮੈਂ, ਆ ਤੁਸੀਂ ਦੇਖੋ ਮੇਰੀਆਂ ਹੁਣ ਇਸ ਤੋਂ ਪਹਿਲਾਂ ਮੈਂ ਨਾ 3 ਤੋਂ 4 ਮਿੰਟ ਦੀ ਵੀਡੀਓ ਬਣਾਈ ਸੀ, ਉਹ ਮੈਂ ਇਹਦੇ ਵਿੱਚ ਮਿਕਸ ਕਰਦਾ ਲਾਈਵ ਵੀਡੀਓ ਦੇ ਵਿੱਚ। ਆ ਤੁਸੀਂ ਉਹ ਦੇਖੋ, ਤੁਸੀਂ ਹੁਣ ਤੁਹਾਨੂੰ ਬੈਕ ਸਾਈਡ ਦਿਖਾਉਂਦੇ ਹਾਂ। ਆਹ ਦੇਖੋ ਪੜਤਾਲਾ ਕਿੰਨਾ ਤੇਜ਼ ਚੱਲ ਰਿਹਾ, ਦੇਖੀ ਜੋ ਵੀਡੀਓ ਮੇਰੀ ਲਾਈਵ ਵੀਡੀਓ ਨਾ, ਲਾਈਵ ਜਿਹੜੀ ਮੈਂ ਬਣਾਈ 3-4 ਮਿੰਟ ਪਹਿਲਾਂ, ਬਹੁਤ ਤੇਜ਼ ਮੀਂਹ ਪਿਆ। ਹੁਣ ਤੇ ਹੁਣ ਤੁਹਾਨੂੰ ਮੈਂ ਘਰ ਤੋਂ ਪਿਛਲੇ ਪਾਸੇ ਦਿਖਾਉਂਦਾ ਮੈਂ ਵੀ ਮੀਂਹ ਜਿਹੜਾ ਹੁਣ ਫਿਰ ਸਾਰੇ ਪਿੰਡ ਦਾ ਇਕੱਠਾ ਪਾਣੀ ਮੇਰੇ ਘਰ ਦੇ ਪਿੱਛੇ ਦੀ ਨਿਕਲਦਾ। ਮੈਂ ਕਿਹਾ ਵੀ ਕਈ ਤਾਂ ਮੇਰੀ ਲਾਈਵ ਵੀਡੀਓ ਬਣ ਜਾਵੇ, ਲੋਕਾਂ ਨੂੰ ਥੋੜ੍ਹੀ ਜਿਹਾ ਆਪਣਾ ਭਾਈ ਅਗਾਹ ਹੋ ਜਾਇਓ। ਪਿਛਲੇ ਸਾਲ ਵੀ ਆਪਾਂ ਕਿਆ ਕਹਿੰਦੇ ਹੁੰਦੇ, ਖੁਸ਼ ਕਿਸੇ ਪਾਸੇ ਨੂੰ ਨਹੀਂ ਹੁੰਦੇ ਹੈਗੇ, ਗਰਮੀ ਪਈ ਹੈ ਬਹੁਤ ਤੰਗ, ਹੁਣ ਮੀਂਹ ਪੈਣ ਲੱਗ ਜਾਣੇ ਜ਼ਿਆਦਾ, ਫਿਰ ਆਪਾਂ ਇਹ ਤੋਂ ਤੰਗ। ਔਰ ਵੀ ਇਹ ਕਿਆ ਕਹਿੰਦਾ ਮੇਰੀ ਤਾਂ ਬਈਆ, ਅਤੇ ਮੈਂ ਤਾਂ ਚਾਹ ਪੀ ਰਿਹਾ ਤਾਂ, ਅਤੇ ਚਾਹ ਪੀਂਦੇ ਪੀਂਦੇ ਤੁਹਾਨੂੰ ਨਾਲੇ ਲਾਈਵ ਹੋਈ ਹੈ। ਮੈਂ ਕਿਹਾ ਜਿਹੜੀ ਚੀਜ਼ ਮੈਨੂੰ ਪਤਾ ਲੱਗੇ ਤੁਹਾਨੂੰ ਜ਼ਰੂਰ ਪਤਾ ਹੋਣੀ ਚਾਹੀਦੀ ਹੈ। ਮੈਂ ਖੜਾ ਫਿਰ ਤੁਹਾਨੂੰ ਦਿਖਾਉਂਦਾ, ਚੱਲ ਆਉਣਾ ਪੈਣਾ ਉਹ ਉੱਪਰ ਤੇ, ਉਹ ਸਲੇਬ ਜੀ ਰੱਖ ਦਿਓ, ਉੱਪਰ ਨੂੰ ਉਹ ਰੱਖ ਦੇ, ਚੀਜ਼ ਰੱਖ ਦਿਓ ਕੋਈ। ਗਲਾਸ ਰੱਖ ਦਿਓ ਇੱਥੇ, ਫਿਰ ਦਿਖਾਉਂਦਾ ਇੱਥੇ ਖੜਦਾ ਮੈਂ, ਇੱਥੇ ਥੋੜ੍ਹਾ ਜਿਹਾ ਉਹਲਾ ਜਿਹਾ ਹੈਗਾ, ਇੱਥੇ ਮੀਂਹ ਘੱਟ ਪੈਂਦਾ ਲੱਗ। ਹੁਣ ਇੱਥੇ ਨੂੰ ਪੂਰੇ ਦੋਹੇ ਪੂਰੇ ਪਿੰਡ ਦਾ ਪਾਣੀ ਇਕੱਠਾ ਹੋ ਕੇ ਇੱਥੇ ਨੂੰ ਨਿਕਲਣਾ ਹੈ, ਉਹ ਤਾਂ ਹੁਣ ਫਿਰ ਉੱਧਰ ਟੋਭੇ 'ਚ ਤਾਂ ਜਾਂਦੇ ਨਹੀਂ, ਆਹ ਨਾ ਸਾਫ ਕਰਨ ਵਾਲਾ ਹੋਇਆ ਹੋਇਆ। ਸਾਡੇ ਪਿੰਡ ਦੇ ਸਰਪੰਚ ਨੇ ਕੁਛ ਕਰਿਆ ਹੀ ਨਹੀਂ ਹੈਗਾ, ਬਰਸਾਤਾਂ ਤੋਂ ਪਹਿਲਾਂ ਕੋਈ ਸਫਾਈ ਸਫੂਈ ਕੁਛ ਨਹੀਂ ਕਰੀ ਹੈਗੀ। ਭਾਈ ਯਾਰ ਇਸ ਵਾਰ ਤਾਂ ਨਾ ਸਰਪੰਚੀ ਵਾਲੇ ਦਾ ਕੋਈ ਕਰਿਆ ਹੀ ਨਹੀਂ ਹੈਗਾ ਯਾਰ, ਪਿੰਡ 'ਚ ਕੁਛ ਵੀ ਨਹੀਂ ਹੋਇਆ ਹੈਗਾ, ਕੋਈ ਵਿਕਾਸ ਨਹੀਂ ਹੋਇਆ ਹੈਗਾ। ਵੀ ਆਹ ਬਰਸਾਤ ਤੋਂ ਪਹਿਲਾਂ ਵੀ ਬਰਸਾਤ ਪੈ ਸਕਦੀ, ਸਾਰੀਆਂ ਨਲੀਆਂ ਨਾਲੀਆਂ ਟੋਏ ਟੱਬੇ ਸਾਫ਼ ਹੋਣ, ਪੰਚਾਇਤਾਂ ਦੇ ਕੰਮ ਹੁੰਦੇ ਆ ਫਿਰ ਇੰਨੀਆਂ ਚੀਜ਼ਾਂ ਦੇਖਣੀਆਂ। ਹੁਣ ਮੈਨੂੰ ਕਹਿਣਾ ਭਾਈ ਤੂੰ ਕਹਿੰਦੇ ਬੁੱਲ ਬੋਲਣਾ, ਇਹਦੇ ਵਿੱਚ ਕਿਹਾ ਜਿਹੜੀ ਸੱਚੀ ਗੱਲ, ਸੱਚੀ ਗੱਲ ਆ ਸਰਪੰਚਾਂ ਦੇ ਕੰਮ ਆ ਜਿਹੜੇ ਕਰੇ ਹੋਏ। ਕਰ ਦਿਓ ਸ਼ੇਰ ਭਾਈ, ਜੇ ਕੋਈ ਪਿੰਡ ਵਾਲੇ ਦੇ ਦਿਖਾ ਦਿਓ ਭਾਈ ਸਰਪੰਚ ਨੂੰ, ਆਹ ਮੌਕੇ ਦਾ ਮੁੱਦਾ, ਹਾਂ ਮੈਨੂੰ ਸਫਾਈ ਕਰਵਾ ਦੇ ਦੀ ਭਾਈ। ਇੱਧਰ ਦੇ ਹੁਣ ਥੋੜ੍ਹੇ ਮੂੰਹ ਘਟਿਆ, ਮੈਂ ਥੋੜ੍ਹਾ ਮੀਂਹ ਦਾ ਪਾਣੀ ਪੈਰਾਂ ਪਰ ਪਾ ਲਵਾਂ। ਆਹ ਹਾ ਹਾ, ਠੰਡਾ ਠੰਡਾ ਕੂਲ ਕੂਲ ਪੂਰਾ ਮੀਂਹ ਪੈ ਰਿਹਾ ਹੁਣ ਇਸ ਟਾਈਮ। ਵੈਸੇ ਮੈਨੂੰ ਲੱਗ ਰਿਹਾ ਇਹ ਇੰਨੀ ਕੁ ਜਗ੍ਹਾ ਜਿੱਥੇ ਅਸੀਂ ਖੜ੍ਹੇ ਤੇ ਨਾ ਇੰਨੀ ਕੁ ਜਗ੍ਹਾ ਬਦਲੀ ਆ ਇਹ, ਅਤੇ ਹਰਜੀਤ ਸਿੰਘ ਜਾ ਰਹੇ ਨੇ, ਇਹ ਸਾਡੇ ਪਿੰਡ ਦੇ ਮੈਡੀਕਲ ਸਟੋਰ ਵਾਲੇ ਨੇ ਜਿਹਨਾਂ ਨੇ ਮੈਡੀਕਲ ਖੋਲ੍ਹਿਆ,
ਬੱਦਲ ਪੂਰਾ ਵੈਸੇ ਘੁਲਿਆ ਘੁਲਿਆ ਹੋਇਆ ਇਹ ਸਾਨੂੰ ਜਿਹਦੇ ਨਾਲ ਇਹ ਸਾਨੂੰ ਚਮਕੌਰ ਸਾਈਡ ਹੈ, ਚਮਕੌਰ ਸਾਹਿਬ ਹੈ ਜੀ ਸਾਨੂੰ, ਮੈਂ ਤੁਹਾਨੂੰ ਦਿਖਾ ਰਿਹਾ ਇਹ ਸਾਈਡ ਚਮਕੌਰ ਸਾਹਿਬ ਹੈ, ਚਮਕੌਰ ਵਾਲੀ ਸਾਈਡ ਸਾਹਿਬ ਨੂੰ ਪੂਰਾ ਬੱਦਲ ਘੁਲਿਆ ਹੋਇਆ, ਹੁਣ ਇਹ ਸਾਡੇ ਸਾਡੇ ਉੱਪਰ ਦੇ ਬੱਦਲ ਉੱਧਰ ਨੂੰ ਚਲੀ ਗਿਆ, ਅਤੇ ਇਹ ਸਾਈਡ ਨੂੰ ਜੇ ਸਾਨੂੰ ਹੁਣ ਤੁਹਾਨੂੰ ਦਿਖਾ ਰਿਹਾ ਇਹ ਸਾਨੂੰ ਨਵਾਂ ਸ਼ਹਿਰ ਬਲਾਚੌਰ, ਇਹ ਸਾਨੂੰ ਘੱਟ ਲੱਗਦਾ ਵੈਸੇ ਅੱਜ ਲੱਗੂਗਾ, ਮੈਨੂੰ ਵੀ ਲੱਗਦਾ ਵੀ ਹੱਲੇ ਲੈ ਲੈ ਕੇ ਮੀਂਹ ਆਊਗਾ, ਅਤੇ ਮੈਂ ਹੁਣ ਤੁਹਾਨੂੰ ਅਖਬਾਰ 'ਚ ਦਿਖਾਉਣਾ, ਮੈਂ ਨਹੀਂ ਬੋਲਿਆ ਜਿਹੜੀ ਚੀਜ਼ ਚੇਤਾਵਨੀ ਕਰੋ ਸਾਡੀ ਤੁਹਾਨੂੰ ਆਪਣੇ ਵੱਲੋਂ ਕਰਦਾ ਮੈਂ, ਜਿਹੜੀ ਚੇਤਾਵਨੀ ਦਿੱਤੀ ਗਈ ਹੈ ਨਾ ਇਹ ਅਖਬਾਰ 'ਚ, ਇਹੀ ਖਬਰ ਤੁਹਾਨੂੰ ਦਿਖਾਉਂਦਾ ਮੈਂ, ਲੈ ਵੀ ਅਖਬਾਰ ਦਿਖਾ ਦਿਓ ਮਾੜਾ ਜਿਹਾ, ਅਖਬਾਰ 'ਚ ਖਬਰ ਆਈ ਸੀ ਪੂਰੀ ਇਹ, ਅਤੇ ਮੈਂ ਜਦ ਤੱਕ ਕੈਮਰੇ ਨੂੰ ਥੋੜ੍ਹੀ ਸਾਫ਼ ਕਰ ਲਵਾਂ, ਆਹ ਦੇਖੋ ਉੱਥੇ ਅਖਬਾਰ 'ਚ ਆਈ ਖਬਰ, ਇੱਥੇ ਸਾਈਡ ਨੂੰ ਪੜ੍ਹਦੇ ਜਾ ਕੇ ਆਪਾਂ, ਪੰਜਾਬ 'ਚ ਭਾਰੀ ਬਾਰਿਸ਼ ਦੀ ਚੇਤਾਵਨੀ, ਉੱਤਰਾਖੰਡ 'ਚ ਰੈੱਡ ਅਲਰਟ, ਹਰਿਆਣਾ ਅਤੇ ਹਿਮਾਚਲ 'ਚ ਜੈਲੋ ਅਲਰਟ। ਅਰੇ ਜੈਲੋ ਅਲਰਟ ਕਿਆ ਹੋਇਆ ਬਈ, ਜੇ ਕਿਸੇ ਨੂੰ ਪਤਾ ਹੋਵੇ, ਮੀਂਹ ਪੈਣਾ ਜੈਲੋ ਅਲਰਟ, ਜੈਲੋ ਅਲਰਟ ਦਾ ਮੈਂ ਸਮਝਦਾ ਵੀ ਹਨੇਰੀਆਂ ਆਉਣਗੀਆਂ, ਮਿੱਟੀ ਧੂਲ ਭਰੀ ਆ, ਹਰਿਆਣਾ ਹਿਮਾਚਲ ਵਿੱਚ ਜੈਲੋ ਅਲਰਟ ਜਿਹੜਾ ਪਿਲਾ ਪਿਲਾ ਜਿਹਾ ਹੋ ਜਾਂਦਾ ਵੀ ਜੈਲੋ ਵੀ ਭਲਾ ਵਧੀਆ ਕਹਿ ਪਤਾ ਬਈ, ਮੈਨੂੰ ਤਾਂ ਇਹਦੇ ਬਾਰੇ ਪਤਾ ਨਹੀਂ, ਜੈਲੋ ਜੈਲੋ ਅਲਰਟ ਕਿਆ ਹੁੰਦਾ ਇਹ, ਆਹ ਜਿਹੜਾ ਲਿਖਿਆ ਹੋਇਆ, ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਕਮੈਂਟਾਂ 'ਚ ਦੱਸਿਓ, ਜੈਲੋ ਅਲਰਟ ਇਹ ਇਹਦਾ ਤਾਂ ਆਪਾਂ ਨੂੰ ਪਤਾ ਹੀ ਆ, ਰੈੱਡ ਅਲਰਟ ਲੈਡਰ ਅਲਰਟ ਦਾ ਵੀ ਕਿਆ ਹੋਇਆ, ਇਹ ਦੋਨੇ ਦਾ ਨਹੀਂ ਪਤਾ ਹੈਗਾ, ਭਾਰੀ ਬਾਰਿਸ਼ ਚੇਤਾਵਨੀ ਦਾ ਪਤਾ ਆਪਾਂ ਨੂੰ, ਉੱਤਰਾਖੰਡ 'ਚ ਰੈੱਡ ਰੈੱਡ ਅਲਰਟ ਵੀ ਰੈੱਡ ਲਾਲ ਲਾਈਨ ਦੇ ਦਿੱਤੀ ਵੀ ਲਾਲ ਲਾਈਨ ਹੈ, ਉੱਧਰ ਦੂਜੇ ਪਾਸੇ ਪੀਲੀ ਲਾਈਨ, ਪੀਲੀ ਲਾਈਨ ਦੀ ਹੁੰਦੀ ਹੈ ਵੀ ਜਿੱਦਾਂ ਇਹ ਖੜਿਆ ਜਿਹੜੇ ਖਿਲਾਰੀ ਹੁੰਦੇ ਮੈਂ ਦਿੰਦਾ ਜੀ, ਜਿਹੜਾ ਜੈਲੋ ਕਾਰਡ ਦੇ ਵਿੱਚ ਚੇਤਾਵਨੀ, ਜਿਹੜਾ ਜੈਲੋ ਕਾਰਡ ਦਿੱਤਾ ਪਲੇਅਰ ਨੂੰ ਵੀ ਚੇਤਾਵਨੀ, ਰੈੱਡ ਕਾਰਡ ਦਿਖਾ ਤਾਂ ਬਾਹਰ, ਇਹ ਤਾਂ ਸਮਝ ਲਾ ਵੀ ਉੱਤਰਾਖੰਡ ਬਾਹਰ ਹੈ ਮੇਰੇ ਖਿਆਲ ਜੋਨ ਤੋਂ, ਇਹ ਹੁੰਦਾ ਵਾ, ਬਾਕੀ ਤੁਸੀਂ ਦੱਸੋ ਬਾਈ ਕਮੈਂਟ, ਹੁਣ ਤੁਹਾਡਾ ਵੀ ਦੇਖਣਾ ਚਾਹੁੰਦੇ ਹਾਂ, ਫਿਰ ਪਤਾ ਲੱਗ ਜੂ ਪੂਰੀ ਇਨਫੋਰਮੇਸ਼ਨ ਦਾ, ਗੱਲ ਦਾ ਪਤਾ ਲੱਗ ਜਾਂਦਾ ਫਿਰ, ਹੁਣ ਇੱਧਰ ਜਿਹੜੀ ਹੁਣ ਕਿਆਰੀ ਹੈ ਨਾ, ਆਹ ਜੇ ਤੁਸੀਂ ਮੇਰੇ ਪਿਛਲੇ ਬਲੌਗ ਦੇਖਦੇ ਹੁਣ ਜਾਨ ਮਹਲ ਪਰਾ ਪੂਰਾ ਸੁੱਕਾ ਪਿਆ ਤਾ, ਇੱਥੇ ਹੁਣ ਪਾਣੀ ਪਾਣੀ ਕਰਤਾ, ਇਹ ਮਾਰਾ ਦੇ ਰੰਗ ਆ ਹੁਣ ਪੂਰੇ ਇੱਧਰ ਬੱਦਲ, ਇਹਦੇ ਟੀਨਾ ਪਰ ਬਾਰਿਸ਼ ਦੀ ਆਵਾਜ਼ ਆ ਰਹੀ ਆ, ਦੇਖੋ ਤੁਸੀਂ ਇਹ ਫੁੱਲ ਬਰਸਾਤ, ਹਾਲੇ ਤਾਂ ਬਰਸਾਤ ਚਾਹੀਦੀ ਤੀ, ਚਾਹੀਦੀ ਵੀ ਤੀ ਕਿ ਚਾਰੇ ਪਾਸੇ ਜਿੰਨੇ ਵੀ ਦਰੱਖਤ ਅਤੇ ਕੁਛ ਤਾਂ ਹੁਣ ਤੋਂ ਲਾ ਲਓ ਵੀ 20-25 ਦਿਨ ਪੂਰੀ ਗਰਮੀ ਪਈ ਆ, ਉਸ ਤੋਂ ਬਾਅਦ ਹੁੰਮਸ ਹੋ ਗਈ ਬਹੁਤ ਜ਼ਿਆਦਾ, ਹੁੰਮਸ ਬਹੁਤ ਜ਼ਿਆਦਾ ਹੋ ਗਈ, ਹੁੰਮਸ ਹੋ ਗਈ ਬਹੁਤ ਜ਼ਿਆਦਾ ਵੀ ਕੱਲ੍ਹ ਬਾਹਰ ਖੜਿਆ ਨਹੀਂ ਤਾਂ ਜਾਂਦਾ ਹੈਗਾ, ਅਤੇ ਜਦੋਂ ਖੜ੍ਹਦੇ ਤਾਂ ਖੜਾ ਜੁੱਤੀ ਬੰਦ ਕਰੋ ਜ਼ਿਆਦਾ, ਜਦੋਂ ਬਾਹਰ ਖੜ੍ਹਦੇ ਤੇ ਨਾ ਵੀ ਗਰਮੀ ਨਹੀਂ ਤੀ ਹੈਗੀ, ਉਹ ਹੁੰਮਸ ਨਹੀਂ ਹੋਈ ਹੁੰਦੀ ਬਹੁਤ ਜ਼ਿਆਦਾ, ਉਹਦੇ ਹੁੰਮਸ ਦੇ ਨਾਲ ਗਰਮੀ ਬਹੁਤ ਜ਼ਿਆਦਾ ਹੁੰਦੀ ਸੀ, ਏ ਸੀ ਵਿੱਚ ਬੈਠ ਹੁੰਦਾ, ਹੁੰਮਸ ਬਹੁਤ ਜ਼ਿਆਦਾ ਹੋਈ ਸੀ, ਲਓ ਜੀ ਹੁਣ ਮੈਂ ਛਤਰੀ ਲੈ ਲਈ ਹੈ, ਛਤਰੀ ਦੀ ਪਾਣੀ ਦੀ ਆਵਾਜ਼ ਆਉਂਦੀ ਹੋਣੀ ਹੈ, ਸਾਡੇ ਘਰ ਦੇ ਦੋ ਪਾਸੇ ਨੂੰ ਪਾਣੀ ਲੰਘਦੇ ਆ, ਮੈਂ ਤੁਹਾਨੂੰ ਦਿਖਾਉਂਦਾ, ਹੁਣ ਮੈਂ ਛਤਰੀ ਫੜੀ ਹੋਈ ਹੈ, ਇੱਕ ਤਾਂ ਇਕੱਠਾ ਹੋ ਗਏ ਆਹ ਜਿੰਨਾ ਵੀ ਸਾਰਾ ਪਾਣੀ ਐਂ ਇਕੱਠਾ ਹੋ ਗਿਆ ਇੱਥੇ ਨੂੰ, ਉਹ ਥੱਲੇ ਲੰਘਦੇ ਜਿੱਥੇ ਨਲਕਾ ਨਲਕੇ ਥੱਲੇ ਨਿਕਲਦੇ, ਘਰ ਦੇ ਥੱਲੇ ਦੀ ਪੈਪ ਆਇਆ ਹੋਇਆ, ਇੱਕ ਆਹ ਸਾਰੇ ਇੱਥੇ ਨੂੰ ਇਕੱਠਾ ਹੋ ਕੇ ਪਾਣੀ ਆਹ
ਇੱਧਰ ਦਰਵਾਜ਼ੇ ਵੱਲ ਜਾਂਦਾ, ਇਹ ਫਿਰ ਐਂ ਪੂਰਾ ਗੇੜਾ ਦੇ ਕੇ ਇੱਧਰ ਨੂੰ ਆਏ ਜੀ, ਅਤੇ ਫਿਰ ਇੱਥੇ ਆ ਜਾਂਦਾ ਖੂੰਜੇ 'ਚ ਪਾਣੀ, ਪਿੰਡ ਪਰ ਨੂੰ ਗੇੜਾ ਦੇ ਕੇ ਆਏ, ਇੱਕ ਨੇੜੇ ਨਿਕਲ ਜਾਂਦਾ ਇੱਕ ਪਿੰਡ ਪਰ ਨੂੰ ਗੇੜਾ ਦੇ ਕੇ ਆਉਂਦਾ, ਦੋ ਪਾਸੇ ਨੂੰ ਪਾਣੀ ਕਰਦਾ ਇਹ। ਸ਼ਾਇਦ ਸਾਨੂੰ ਉੱਧਰ ਗਲੀ ਪਹੀ ਦਿਖਾ ਦੇਣਾ, ਪਹੀ ਪੂਰੀ ਭਰੀ ਚੱਲਦੀ ਹੋਣੀ ਪਾਣੀ ਨਾਲ, ਉਹ ਸਾਹਮਣੇ ਇੱਥੇ ਤੇ ਇਹ ਇੱਥੇ ਤੇ ਹੁੰਦੇ ਜੂਮ ਕਰਕੇ, ਅਤੇ ਆ ਦੇਖ ਤਾਂ ਪਾਣੀ ਪਿੰਡ ਦਾ ਪਾਣੀ ਪੂਰਾ ਆ ਰਿਹਾ, ਇੱਥੇ ਪਿੰਡ ਦਾ ਸਾਰੇ ਪਿੰਡ ਦਾ ਪਾਣੀ ਇੱਥੇ ਨੂੰ ਹੋ ਕੇ ਨਿਕਲਦਾ ਇਹ ਆ ਪਹੀ ਵਿੱਚ ਨੂੰ, ਆ ਵੀ ਇਕੱਠਾ ਵਿੱਚੇ ਹੋ ਜਾਣਾ ਫਿਰ ਇੱਦਾਂ ਇਹ। ਹੁਣ ਕੀ ਹਾਲੇ ਹੁਣ ਤੋਂ ਲਾਈਵ ਹੋਣੀ ਸ਼ੁਰੂ ਹੋ, 10 ਮਿੰਟ ਹੋ ਚੱਲੇ ਆ, ਇੱਥੇ ਪਿਛਲੇ 10 ਮਿੰਟ ਜਿਹੜੇ ਪਏ ਜਿਹੜੇ ਤੁਸੀਂ ਵਿੱਚ ਲਾਈਵ ਦੇਖਿਆ ਇੱਕ ਛੋਟਾ ਜਿਹਾ, ਉਹ ਪੂਰਾ ਮੀਂਹ ਪਿਆ ਉਹਦੇ ਵਿੱਚ ਐਨ, ਮੈਂ ਦੋਨਾਂ ਸਾਈਡ ਦਿਖਾਇਆ, ਇੱਥੇ ਪੂਰਾ ਥੱਲੇ ਗਿਰ ਰਿਹਾ ਤਾ, ਹਾਂ ਇੰਨੀ ਸਪੀਡ ਨਾਲ ਥੱਲੇ ਗਿਰ ਰਿਹਾ ਤਾ ਪਾਣੀ, ਅਤੇ ਹੁਣ ਮੈਂ ਪਿੱਛੇ ਚੱਲਦਾ, ਪਿੱਛੇ ਜਾ ਕੇ ਦਿਖਾਉਂਦਾ ਤੁਹਾਨੂੰ, ਛਤਰੀ ਛਤਰੀ ਝਾੜ ਦਿਉ ਮਾੜੀ ਜੀ, ਚੋਇਆ ਨਹੀਂ ਹੈਗਾ ਆਪਣੇ ਲਾਗਾ ਲਾਗਾ ਚੋਣ, ਲਾ ਭਾਈ ਗਰੀਬਾਂ ਦਾ ਘਰ ਚੋਂਦਾ ਵੀ ਹੈ ਥੋੜ੍ਹਾ ਜਿਹਾ, ਦੇਖੋ ਇੱਥੇ ਇੱਦਾਂ ਬੜਾ ਜੋ ਡੁੱਬਣੇ ਹੈਗਾ, ਦੇਖੋ ਉੱਥੇ ਨਾ ਉੱਥੇ ਚੋਂਦਾ ਸਾਡਾ ਘਰ, ਭਾਵੇਂ ਇਸ ਵਾਰ ਬਰਸਾਤਾਂ ਤੋਂ ਬਾਅਦ ਮੈਂ ਹੁਣ ਤੁਹਾਨੂੰ ਦੱਸਦਾ, ਬਰਸਾਤੋਂ ਦੇ ਬਾਅਦ ਜਿੰਨਾ ਵੀ ਹਾਂ ਜਿੰਨੇ ਬਾਲੇ ਨੇ ਢਾ ਕੇ, ਮੇਰੀ ਸਲਾਹ ਵੀ ਦੇਖ ਲਿਆ ਤਾਂ ਸਲਾਹਾਂ ਬਹੁਤ ਕੀਤੀਆਂ ਹੋਈਆਂ, ਬਰਸਾਤਾਂ ਦੇ ਬਾਅਦ ਧੋਣਾ ਇਹ ਵੀ ਬਹੁਤ ਮਾਰ ਪੈ ਜੇ, ਵੀ ਇੱਕ ਆਰਕੀਟੈਕਚਰ ਆਊਗਾ ਉਹਨੇ ਪੂਰਾ ਘਰ ਇਸ ਘਰ ਨੂੰ ਵੀ ਰੈਗੂਲੇਸ਼ਨ ਕਰ ਰਹੇ ਹੋ ਔਰ ਨਿਊ ਘਰਦਾ ਬਣਾ ਲੈਣਾ, ਇੱਦਾਂ ਕੋਈ ਪਲੈਨ ਹੈਗਾ, ਤੁਹਾਨੂੰ ਬਾਹਰ ਜਾ ਕੇ ਦਿਖਾਉਂਦਾ, ਦੇਖੋ ਬੰਦਾ ਇਹ ਵੀ ਕੋਈ ਦੇਖਦਾ ਹੋਵੇਗਾ ਆਰਕੀਟੈਕਚਰ ਆਪਾਂ ਘਰ ਨੂੰ ਆਪਣੇ ਮੋਡੀਫਾਈ ਕਿੱਦਾਂ ਕਰਨਾ, ਉਹ ਵੀ ਕੋਈ ਸੰਪਰਕ ਕਰਿਓ ਵੀ ਆਹ ਜਿਹੜੇ ਉੱਪਰ ਚੁਆਰੇ ਆ ਨਾ ਇਹ ਆਪਾਂ ਨੇ ਢੋਆ ਲੈਣੇ ਉੱਪਰ ਲਿਆ, ਹਾਂ ਢੋਆ ਕੇ ਜਿਹੜਾ ਲੈਂਟਰ ਇੱਥੇ ਅੱਗੇ ਭਿਆ ਥੋੜ੍ਹੇ ਜਿੱਥੇ ਬਾਰੀ ਆ, ਹਾਂ ਮੈਂ ਤੁਹਾਨੂੰ ਇੱਥੇ ਆਹ ਲੈਂਟਰ ਇੱਥੇ ਬਾਲੇ ਪਏ ਹੋਏ, ਇੱਥੇ ਇਹ ਇੰਨਾ ਉੱਚਾ ਚੱਕ ਦੇਣਾ ਆਪਾਂ ਨੇ ਇੱਥੇ ਬਾਰੀ ਤੱਕ ਨੂੰ, ਇੱਥੇ ਤੱਕ ਨੂੰ ਲੈਂਟਰ ਪਵਾ ਦੇਣਾ ਚੱਕ ਕੇ ਉੱਪਰ, ਚੁਆਰੇ ਜਿਹੜੇ ਉੱਪਰ ਢਾ ਦੇਣੇ ਇਹ, ਇੱਦਾਂ ਕਰਨਾ ਕੋਈ ਚੀਜ਼, ਇੱਦਾਂ ਕੋਈ ਪਲੈਨ ਆ ਮੇਰਾ ਇੱਥੇ, ਅਤੇ ਬਾਕੀ ਮਹਾਰਾਜ ਭਲੀ ਕਰੇ ਉਹਦੇ ਬੱਸਦੇ ਰਹੀਏ, ਕੱਲ੍ਹ ਇੱਕ ਬੰਦੇ ਦੀ ਮੈਂ ਵੀਡੀਓ ਦੇਖਦਾ ਤਾ, ਕਹਿੰਦਾ ਐਡਾ ਬੜਾ ਘਰ ਪਾ ਲੈਂਦੇ ਆਪਾਂ, ਘਰ ਨੇ ਕਹਿੰਦਾ ਕੁਛ ਨਹੀਂ ਦੇਣਾ ਬਸ ਉਹਦੇ 'ਚ ਸੋਣਾ ਆਪਾਂ ਨੇ, ਕਹਿੰਦਾ ਇੱਕ ਰੇਹੜੀ ਹੈ ਜਿਹਨੇ ਕਮਾ ਕੇ ਦੇਣਾ, ਜੇ ਬੰਦਾ ਤੁਸੀਂ ਕੋਈ ਬੰਦੇ ਕੰਮ ਕਰਦੇ ਟਰੈਕਟਰ ਪਰ ਖੇਤੀ ਕਰਦੇ ਆ, ਪੈਸੇ ਕਿਹਦੇ ਟਰੈਕਟਰ ਪਰ ਤਾਂ ਕਮਾ ਰਿਹਾ, ਟਰੈਕਟਰ ਖੇਤ ਦਵਾ ਪਾ ਕੇ ਉਹ ਉਹਦੇ ਪਰ ਤਾਂ ਕਮਾ ਰਿਹਾ, ਕਹਿੰਦਾ ਉਹਨੂੰ ਕੋਈ ਪੁੱਛਦੇ ਨਹੀਂ ਹੈਗੇ, ਆਪਾਂ ਘਰ ਨੂੰ ਜੱਥੀਆਂ ਪਾਈ ਜਾਂਦੇ ਹਾਂ ਮੇਰਾ ਘਰ ਦਿਖਾਉਣ ਵਾਸਤੇ ਲੋਕਾਂ ਨੂੰ, ਟਰੈਕਟਰ ਨੂੰ ਗਲ ਡਾਈ ਵਾਲੇ ਸਮਝਣ ਵਾਲੀ ਚੀਜ਼ ਹੈ, ਵੀ ਜਿਹੜੀ ਚੀਜ਼ ਤੋਂ ਆਪਾਂ ਚੀਜ਼ ਪੈਸੇ ਕਮਾਉਂਦੇ ਹਾਂ ਉਹਨੂੰ ਸਵੇਰੇ ਉੱਠ ਕੇ ਆਪਾਂ ਪ੍ਰਣਾਮ ਕਰੇ ਕਰੀਏ, ਉਹਦਾ ਕਹਿਣ ਦਾ ਭਾਵ ਇਹ ਸੀ ਉਹਨੂੰ ਮੱਥਾ ਟੇਕੇ ਕਰੀਏ, ਜਿਹੜੀ ਜਿਹੜੀ ਚੀਜ਼ ਤੋਂ ਆਪਾਂ ਚੀਜ਼ ਪੈਸੇ ਕਮਾਉਂਦੇ ਹਾਂ, ਇੱਧਰ ਨਾ ਯਾਰ ਹੁਣ ਇੱਥੇ ਤੇ ਆਹ ਨਾਲ ਹੀ ਸਾਫ਼ ਕਰਾਉਣੀ ਪੈਣੀ ਹੈ, ਤਾਂ ਗੱਲ ਬਣੀ ਤਾਂ ਇਹ ਸਾਰਾ ਪਾਣੀ ਉਹ ਟੋਭੇ 'ਚ ਨੂੰ ਜਾਊਗਾ, ਇੱਥੇ ਤਾਂ ਹੁਣ ਇਹ ਪਾਣੀ ਸਾਡੇ ਖੇਤਾਂ 'ਚ ਨੂੰ ਜਾਊਗਾ, ਇਹ ਪੂਰਾ ਇੱਧਰੋਂ ਉੱਧਰ ਨੂੰ ਸਾਡੇ ਖੇਤ ਆ ਉੱਧਰ ਨੂੰ ਜਾਊਗਾ ਪਾਣੀ ਇਹ, ਅਤੇ ਅੱਜ ਦਾ ਅੱਜ ਸ਼ਾਮ ਨੂੰ ਫਿਰ ਆਪਾਂ ਲਾਈਵ ਹੋਵਾਂਗੇ, ਅਤੇ ਤੁਹਾਨੂੰ ਫਿਰ ਲਾਈਵ ਵੀਡੀਓ ਦਿਖਾਵਾਂਗੇ, ਅਤੇ ਦੇਖਦੇ ਰਹੋ ਤੁਸੀਂ ਜੁੜੇ ਰਹੋ ਲਾਈਵ ਵੀਡੀਓ ਦਾ।